ਕਿਸਾਨ ਵੀਰੋ ਤੁਹਾਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਹਾਡਾ ਪੀਏਯੂ ਦੇ ਕਿਸਾਨ ਮੇਲੇ ਤੇ ਸਵਾਗਤ ਹੈ ਹੁਣ ਤੁਸੀਂ ਭੂਮੀ ਵਿਗਿਆਨ ਵਿਭਾਗ ਦੇ ਪ੍ਰਦਰਸ਼ਨੀ ਪਲਾਟਾਂ ਨੂੰ ਦੇਖ ਰਹੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਝੋਨੇ ਦੇ ਵਿੱਚ ਨਾਈਟ੍ਰੋਜਨ ਮੈਨੇਜਮੈਂਟ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਕਿਦਾਂ ਸੁੱਜੇ ਢੰਗ ਨਾਲ ਉਸ ਦੀ ਵਰਤੋਂ ਕਰ ਸਕਦੇ ਹੈਗੇ ਆ ਤਾਂ ਇਹਦੇ ਲਈ ਅਸੀਂ ਟ੍ਰਾਂਸਪਲੈਂਟਿਡ ਝੋਨਾ ਤੇ ਦੂਸਰਾ ਜਿਹੜਾ ਹੈਗਾ ਬਾਸਮਤੀ ਦੀ ਗੱਲ ਕਰ ਰਹੇ ਹੈਗੇ ਆ ਸੋ ਪੱਤਾ ਰੰਗ ਚਾਰਟ ਦੇ ਨਾਲ ਆਪਾਂ ਗੱਲ ਕਰਦੇ ਹੈਗੇ ਆ ਤੇ ਜਰੂਰ ਜਿਹੜੀ ਸਿਫਾਰਸ਼ ਕੀਤੀ ਨਾਈਟrogen ਹੈ ਉਹ 90 ਕਿਲੋ ਯੂਰੀਆ ਪ੍ਰਤੀ ਏਕੜ ਹੈ ਜਿਹੜੀ ਕਿ ਅਸੀਂ ਪੀਆਰ 127 ਵੈਰਾਈਟੀ ਦੇ ਵਿੱਚ ਲਾਈ ਹੈਗੀ ਆ ਸੋ ਜਦੋਂ ਅਸੀਂ ਪਤਾ ਰੰਗ ਝਾੜ ਨਾਲ ਇਸ ਦੇ ਨਾਈਟrogen ਦੇ ਵਰਤੋਂ ਕਰਦੇ ਹੈਗੇ ਆ ਤਾਂ ਇਹ 75 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਸਾਨੂੰ ਬਰਾਬਰ ਦੇ ਝਾੜ ਪ੍ਰਾਪਤ ਹੋ ਰਹੇ ਨੇ ਇਸੇ ਤਰ੍ਹਾਂ ਜੇ ਆਪਾਂ ਬਾਸਮਤੀ ਦੀ ਗੱਲ ਕਰੀਏ ਤਾਂ ਪੂਸਾ ਬਾਸਮਤੀ 1121 ਦੇ ਵਿੱਚ ਜਿਹੜੀ ਸਾਡੀ ਸਿਫਾਰਸ਼ ਕੀਤੀ ਮਾਤਰਾ ਹੈ ਯੂਰੀਆ ਦੀ ਉਹ 36 ਕਿਲੋ ਪ੍ਰਤੀ ਏਕੜ ਹੈ ਪਰ ਜੇ ਰੋਸੀਆਂ ਨੂੰ ਪੀਏਜ ਉਹ ਪਤਰਾੰਗ ਚਾੜ ਨਾਲ ਪਾਉਨੇ ਹੈਗੇ ਆ ਤਾਂ ਇਹ ਘਟ ਕੇ 27 ਕਿਲੋ ਜੂਰੀਆ ਪ੍ਰਤੀ ਏਕੜ ਰਹਿ ਜਾਂਦੀ ਹੈਗੀ ਆ ਤਾਂ ਇਹ ਤਾਂ ਹੀ ਪੋਸੀਬਲ ਹੈ ਕਿ ਜਿੰਨੀ ਸਾਨੂੰ ਸੋਇਲ ਦੇ ਵਿੱਚੋਂ ਜਿਹੜੀ ਮਾਤਰਾ ਨਾਈਟ੍ਰੋਜਨ ਅਵੇਲੇਬਲ ਹੁੰਦੀ ਹੈ ਤੇ ਉਹ ਲੋਡ ਮੁਤਾਬਕ ਜਿਹੜੇ ਪੌਦੇ ਆ ਉਸ ਟਾਈਮ ਲੈ ਲੈਂਦੇ ਹਨ ਜੇ ਇਹ ਇਹਨਾਂ ਦੀ ਆਪਸ ਦਾ ਮੇਲ ਨਾ ਹੋਵੇ ਸੁਮੇਲ ਨਾ ਹੋਵੇ ਤਾਂ ਜਿਹੜੇ ਨਾਈਟ੍ਰੋਜਨ ਹੈ ਜਾਂ ਤੇ ਹਵਾ 'ਚ ਅਮੋਨੀਆ ਬਣ ਕੇ ਉੱਡ ਜਾਂਦੀ ਹੈਗੀ ਆ ਤੇ ਜਾਂ ਫਿਰ ਇਹ ਨਾਈਟ੍ਰੇਟ ਬਣ ਕੇ ਜੜਾਂ ਦੇ ਪਕੜ ਤੋਂ ਬਾਹਰ ਚਲੀ ਜਾਂਦੀ ਹੈਗੀ ਆ ਤੇ ਜ਼ਮੀਨ ਵਿੱਚ ਥੱਲੇ ਅੰਡਰਗਰਾਉਂਡ ਵਾਟਰ ਨਾਲ ਮਿਲ ਜਾਂਦੀ ਹੈਗੀ ਆ ਤੇ ਜਿਹਦੇ ਕਰਕੇ ਜਿਹੜਾ ਹੈ ਨਾਈਟ੍ਰੋਜਨ ਦੀ ਐਫੀਸ਼ੀਐਂਸੀ ਘਟ ਜਾਂਦੀ ਹੈਗੀ ਆ ਸੋ ਪੱਤਾ ਰੰਚਾਰ ਦੇ ਨਾਲ ਜਿਹੜੀ ਇਹ ਹੈ ਲੋੜ ਮੁਤਾਬਕ ਉਹਨੂੰ ਅਸੀਂ ਪਾਉਨੇ ਹੈਗੇ ਆ ਤੇ ਇਹ ਜਿਹੜੇ ਲੌਸੇਸ ਹੁੰਦੇ ਨੇ ਉਹਨਾਂ ਦੀ ਬਚਤ ਹੋ ਜਾਂਦੀ ਆ ਐਸੇ ਕਰਕੇ ਜਿਹੜਾ ਹੈ 90 ਕਿਲੋ ਦੀ ਬਜਾਏ 75 ਕਿਲੋ ਯੂਰੀਆ ਨਾਲ ਸਰ ਜਾਂਦਾ ਹੈਗਾ ਸਾਡਾ ਟ੍ਰਾਂਸਪਲੈਂਟਡ ਰਾਈਸ ਦੇ ਵਿੱਚ ਤੇ ਬਾਸਮਤੀ ਦੇ ਵਿੱਚ 36 ਕਿਲੋ ਯੂਰੀਆ ਦੀ ਬਜਾਏ ਸਾਨੂੰ 27 ਕਿਲੋ ਨਾਲ ਸਾਡਾ ਜਿਹੜਾ ਹੈਗਾ ਪੂਰੇ ਝਾੜ ਸਾਨੂੰ ਪ੍ਰਾਪਤ ਹੁੰਦੇ ਹਨ ਖੋਨਾਬਾ ਅੱਗੇ ਗੱਲ ਕਰਦੇ ਹੈਗੇ ਆ ਪਾਣੀਆਂ ਦੇ ਕਿ ਜਿਹੜੇ ਸਾਡੇ 42% ਇਲਾਕੇ ਦੇ ਵਿੱਚ ਜਿਹੜੇ ਟਿਊਬਲ ਆਪਰੇਟ ਕਰਦੇ ਨੇ ਉਹਨਾਂ ਦਾ ਜਿਹੜਾ ਜਿ ਮਿਨੀ ਪਾਣੀ ਹੈ ਉਹ ਖਾਰਾ ਜਾਂ ਲੂਣਾ ਹੈਗਾ ਸੋ ਉਸ ਨੂੰ ਅਸੀਂ ਜਿਹੜਾ ਪਾਣੀ ਨੂੰ ਵਰਤੋਂ ਨੂੰ ਠੀਕ ਕਰਨ ਲਈ ਖਾਤਰ ਅਸੀਂ ਪਾਣੀ ਟੈਸਟ ਕਰਾਉਣੇ ਹੈਗੇ ਆ ਸੋ ਆਪਾਂ ਦੇਖ ਰਹੇ ਹੈਗੇ ਆ ਕਿ ਟ੍ਰਾਂਸਪਲੈਂਟਡ ਝੋਨੇ ਦੇ ਵਿੱਚ ਜਿਹੜਾ ਚੰਗੇ ਪਾਣੀ ਨਾਲ ਜੋ ਫਸਲ ਖੜੀ ਹੈਗੀ ਆ ਦੂਜੇ ਪਾਸੇ ਜੇ ਅਸੀਂ ਖਾਰਾ ਪਾਣੀ ਲਾਉਨੇ ਆ ਤਾਂ ਸਾਡੀ ਫਸਲ ਦੇ ਝਾੜ ਬਹੁਤ ਘਟ ਜਾਂਦੇ ਨੇ ਆਪਾਂ ਦੇਖ ਸਕਦੇ ਆ ਤੇ ਜੇ ਅਸੀਂ ਖਾਰੇ ਪਾਣੀ ਤੇ ਚੰਗੇ ਪਾਣੀ ਨੂੰ ਬਾਰੋ-ਬਾਰੀ ਲਾ ਲਈਏ ਇੱਕ ਵਾਰੀ ਚੰਗਾ ਪਾਣੀ ਤੇ ਦੂਜਾ ਵਾਰਾ ਖਾਰਾ ਪਾਣੀ ਤਾਂ ਜਿਹੜੇ ਸਾਡੇ ਝਾੜ ਨੇ ਉਹ ਸਾਨੂੰ ਕਾਫੀ ਹੱਦ ਤੱਕ ਬਹੁਤ ਵਧੀਆ ਝਾੜ ਮਿਲ ਜਾਂਦੇ ਨੇ ਤੇ ਇਸ ਤੋਂ ਇਲਾਵਾ ਅਸੀਂ ਜਿਹੜਾ ਖਾਰਾ ਪਾਣੀ ਹੈ ਉਹਦੇ ਵਿੱਚ ਅਸੀਂ ਜੇ ਜਿਪਸਮ ਦੀ ਪਾਣੀ ਦੇ ਖਾਰਾ ਪਾਉਣ ਦੇ ਅਸਰ ਨੇ ਉਹ ਘਟ ਜਾਂਦੇ ਨੇ ਤੇ ਜਿਸ ਨਾਲ ਸਾਡੇ ਫਸਲਾਂ ਦੇ ਝਾੜ ਜਿਹੜੇ ਨੇ ਓਹ ਚੰਗੇ ਪਾਣੀ ਦੇ ਤਕਰੀਬਨ ਲਗਭਗ ਬਰਾਬਰ ਆ ਜਾਂਦੇ ਨੇ ਹੈ ਤੇ ਜੇ ਸਾਡੇ ਕੋਲੇ ਜਿਪਸਮ ਦੀ ਵੀ ਅਵੇਲੇਬਿਲਟੀ ਨਾ ਹੋਵੇ ਤਾਂ ਸਾਡੇ ਕੋਲ ਜਿਹੜੇ ਰੂੜੀ ਖਾਦ ਹੈ ਜੇ ਅਸੀਂ ਰੂੜੀ ਖਾਦ ਹੀ ਵਰਤੋਂ ਕਰ ਲਈ ਖਾਰੇ ਪਾਣੀ ਦੇ ਲਾਉਣ ਤੋਂ ਪਹਿਲਾਂ ਤਾਂ ਵੀ ਜਿਹੜੇ ਸਾਡੇ ਝਾੜ ਨੇ ਉਹ ਚੰਗੇ ਪਾਣੀ ਦੇ ਤਕਰੀਬਨ ਨੇੜੇ-ਜੜੇ ਪਹੁੰਚ ਜਾਂਦੇ ਨੇ ਸੋ ਇਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਸੰਤੁਲਿਤ ਖਾਦਾਂ ਦੀ ਸੋ ਆਪਾਂ ਦੇਖ ਰਹੇ ਹੈਗੇ ਆ ਜੇ ਆਪਾਂ ਕੱਲੀ ਨਾਈਟ੍ਰੋ ਪਾਉਣੇ ਆ ਤਾਂ ਜਿਹੜੇ ਝਾੜ ਨੇ ਉਹ ਸਾਡੇ ਥੋੜੇ ਜੇ ਘੱਟ ਮਿਲਦੇ ਨੇ ਜੇ ਆਪਾਂ ਉਹਦੇ ਨਾਲ ਫਾਸਫੋਰਸ ਦੀ ਜ਼ਿੰਕ ਦੀ ਵਰਤੋਂ ਕਰਦੇ ਹੈਗੇ ਆ ਤਾਂ ਸਾਡੇ ਜਿਹੜੇ ਝਾੜ ਨੇ ਉਹ ਵਧੀਆ ਪ੍ਰਾਪਤ ਹੁੰਦੇ ਨੇ ਤੇ ਉਹ ਜਿਹੜੀ ਡੈਫੀਸ਼ੀਐਂਸੀ ਕਰਕੇ ਉਹਦੀ ਘਾਟ ਕਰਕੇ ਘਟਣੀ ਸੀਗੀ ਉਹ ਨਹੀਂ ਘਟਦੇ ਹੈਗੇ ਪਰ ਹੁਣ ਤੁਸੀਂ ਦੇਖ ਰਹੇ ਹੋਗੇ ਉਹ ਕਿ ਅਸੀਂ ਇਹਦੇ ਨਾਲ ਫਾਸਫੋਰਸ ਦੀ ਜਿਹੜੀ ਹੈਗੀ ਅ ਐਡ ਕੀਤੀ ਹੈ ਸੋਇਲ ਦੇ ਵਿੱਚ ਪਰ ਇਹਦਾ ਕੋਈ ਲਾਭ ਨਹੀਂ ਹੋਇਆ ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਸੋਨੇ ਦੇ ਫਸਲਾਂ ਨੇ ਉਹਦੇ ਵਿੱਚ ਸਾਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਦਾ ਇੱਥੇ ਕੋਈ ਰਿਸਪੌਂਸ ਨਹੀਂ ਆਉਂਦਾ ਹੈਗਾ ਸੋ ਸਾਨੂੰ ਜਿਹੜੀ ਹੈ ਅ ਨਾਈਟ੍ਰੋਜਨ ਤੇ ਜਿੰਕ ਵਗੈਰਾ ਜਿਹੜੀ ਹੈਗੀ ਆ ਉਹ ਜ਼ਰੂਰ ਪਾਉਣੀ ਚਾਹੀਦੀ ਹੈਗੀ ਆ ਫਾਸਫੋਰਸ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਐਸੀ ਤਰ੍ਹਾਂ ਆਪਾਂ ਅਗੇ ਨਰਮੇ ਦੀ ਗੱਲ ਕਰੀਏ ਤਾਂ ਸਰਹੀ ਸਪਰਸ਼ ਕਰਦੇ ਹੈਗੇ ਆ ਕਿ ਨਰਮੇ ਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਤੇ ਮੈਗਨੀਸ ਸਲਫੇਟ ਦੀਆਂ ਜਿਹੜੀਆਂ ਸਪਰਿਆ ਨੇ ਉਹਨਾਂ ਨੂੰ ਸੈਂਡਵਿਚ ਕਰੋ ਸੋ ਜਿਹੜਾ ਤੁਸੀਂ ਸਾਹਮਣੇ ਪਲਾਟ ਦੇਖ ਰਹੇ ਹੋ ਇਹਦੇ ਵਿੱਚ ਅਸੀਂ ਨਰਮੇ ਦੇ ਵਿੱਚ ਸਿਰਫ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇ ਕੀਤੀ ਆ ਜਿਹੜੇ ਸਾਡੇ ਝਾੜ ਜਿਹੜੇ ਸਾਡੀ ਫਸਲ ਹੈ ਬਹੁਤ ਵਧੀਆ ਤੁਹਾਨੂੰ ਨਜ਼ਰ ਆ ਰਹੀ ਹੈਗੀ ਆ ਔਰ ਜੋ ਜੋ ਫਲ ਪਿਆ ਹੈ ਤੇ ਉਮੀਦ ਹੈ ਕਿ ਜਿਹੜੇ ਝਾੜ ਨੇ ਬਹੁਤ ਵਧੀਆ ਰਹਿਣਗੇ ਤੇ ਜਿੱਥੇ ਅਸੀਂ ਸਪਰੇ ਨਹੀਂ ਕਰਦੇ ਉਥੇ ਫਸਲ ਥੋੜੀ ਜਿਹੀ ਦਬਰੀ ਹੈਗੀ ਆ ਤੇ ਜਿਹੜੇ ਹੈ ਝਾੜ ਵੀ ਇਸੇ ਤਰ੍ਹਾਂ ਹੀ ਥੋੜੇ ਬਹੁਤੇ ਘਟਣਗੇ ਤੇ ਜਦੋਂ ਆਪਾਂ ਮੈਗਨੀਸ਼ੀਅਮ ਸਲਫੇਟ ਦੇ ਨਾਲ ਵਿੱਚ ਸੈਂਡਵਿਚ ਕਰਦੇ ਆ ਪੋਟਾਸ਼ੀਅਮ ਨਾਈਟ੍ਰੇਟ ਦੇ ਤਾਂ ਉਦੋਂ ਜਿਹੜੇ ਫਸਲ ਦੇ ਵਿੱਚ ਜਿਹੜੀ ਇਹਦੀ ਘਾਟ ਆਉਣੀ ਸੀਗੀ ਉਹ ਨਹੀਂ ਹੁੰਦੀ ਕਿਸੇ ਦੀ ਤੇ ਐਸੇ ਕਰਕੇ ਜਿਹੜੇ ਝਾੜਨੇ ਇਹਦੇ ਅ ਕੱਲੇ ਨਾਈਟ੍ਰੇਟ ਦੀ ਸਪਰੇ ਕਰਨ ਨਾਲੋਂ ਵੀ ਵਧੇਰੇ ਸਾਨੂੰ ਪ੍ਰਾਪਤ ਹੁੰਦੇ ਨੇ ਸੋ ਅੱਗੇ ਆਪਾਂ ਝੋਨੇ ਦੇ ਵਿੱਚ ਗੱਲ ਕਰੀਏ ਕਿ ਆਪਾਂ ਜੇ ਹਰੀ ਖਾਦ ਪਾਉਨੇ ਆ ਤਾਂ ਉਹਦਾ ਕੀ ਫਾਇਦਾ ਹੈਗਾ ਸੋ ਆਮ ਤੌਰ ਤੇ ਝੋਨੇ ਦੇ ਵਿੱਚ ਜਿਹੜੀ ਹੈ ਲੋਹੇ ਦੀ ਘਾਟ ਆ ਜਾਂਦੀ ਹੈਗੀ ਆ ਸੋ ਇਸ ਘਾਟ ਨੂੰ ਦੂਰ ਕਰਨ ਦੇ ਖਾਤਰ ਅਸੀਂ ਜੇ ਹਰੀ ਖਾਦ ਕਰ ਦਈਏ ਤਾਂ ਉਹ ਉਸ ਤੋਂ ਅਸੀਂ ਬਚ ਜਣੇ ਹੈਗੇ ਆ ਇੱਥੋਂ ਤੱਕ ਵੀ ਦੇਖਿਆ ਗਿਆ ਹੈ ਵੇ ਜੇ ਆਪਾਂ ਹਰੀ ਖਾਦ ਨਹੀਂ ਕਰਦੇ ਜੇ ਇਕੱਲੇ 1% ਲੋਹੇ ਦੀ ਸਪਰੇਅ ਕਰ ਦਈਏ ਤਾਂ ਵੀ ਅਸੀਂ ਪੂਰੇ ਝਾੜ ਨਹੀਂ ਲੈ ਸਕਦੇ ਜਿੱਥੇ ਅਸੀਂ ਹਰੀ ਖਾਦ ਕਰ ਦਈਏ ਤੇ ਨਾਲ ਸਪਰੇਅ ਵੀ ਕਰ ਦਈਏ ਉੱਥੇ ਅਸੀਂ ਝਾੜ ਦੇ ਹੈਗੇ ਬਹੁਤ ਵਧੀਆ ਲੈ ਸਕਦੇ ਹੈਗੇ ਹਾਂ ਸੋ ਇਥੋਂ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਝੋਨੇ ਨੂੰ ਹਰੀ ਖਾਦ ਜ਼ਰੂਰ ਕਰੋ ਤੇ ਜੇ ਘਾਟ ਲੱਗਦੀ ਹੈ ਤਾਂ 1% ਲੋਹੇ ਦੀ ਜਿਹੜੀ ਛੜਕਾ ਹੈ ਉਹ ਜ਼ਰੂਰ ਕਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਕੇ ਪਾਣੀ ਦਾ ਜਿਹੜਾ ਲੈਵਲ ਹੈਗਾ ਉਹ ਦਿਨ ਪ੍ਰਤੀ ਦਿਨ ਥੱਲੇ ਹੀ ਨਿਗਰ ਰਿਹਾ ਹੈਗਾ ਸੋ ਇਸ ਕਰਕੇ ਸਾਨੂੰ ਸਿੰਚਾਈ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਬੜੇ ਸਚੇ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈਗੀ ਆ ਜੇ ਆਪਾਂ ਹੁਣ ਝੋਨੇ ਦੀ ਗੱਲ ਕਰੀਏ ਜਿਹੜਾ ਕਿ ਪਾਣੀ ਦੀ ਬਹੁਤ ਮੰਗ ਕਰਦਾ ਹੈਗਾ ਤੇ ਅਸੀਂ ਇਹ ਦੇਖਿਆ ਹੈ ਵੀ ਜੇ ਆਪਾਂ 2 ਦਿਨ ਦੇ ਬਖਵੇਂ ਦੇ ਨਾਲ ਪਾਣੀ ਲਾਈਏ ਪਾਣੀ ਜਰੂ ਜੀਰ ਜਾਂਦਾ ਹੈ ਫੇਰ ਪਾਣੀ ਲਾਈਏ ਤਾਂ ਸਾਡੇ ਜਿਹੜੇ ਨੇ 12 ਪਾਣੀ ਲੱਗਦੇ ਨੇ ਤੇ ਜੇ ਆਪਾਂ ਕਿਸਾਨੀ ਤਰੀਕੇ ਨਾਲ ਜਿਵੇਂ ਕਿਸਾਨ ਲਾਉਂਦੇ ਨੇ ਵਿਚੋਂ ਇਹ ਪਾਣੀ ਖੜਾ ਰੱਖਣਾ ਤਾਂ ਉਹਦੇ ਸਾਡੇ 16 ਪਾਣੀ ਲੱਗਦੇ ਨੇ ਸੋ ਤਕਰੀਬਨ ਅਸੀਂ 4 ਪਾਣੀਆਂ ਦੀ ਬਚਤ ਕਰ ਸਕਦੇ ਆ ਜੇ ਅਸੀਂ 2 ਦਿਨ ਛੱਡ ਕੇ ਭਾ ਪਾਣੀ ਜੇਰੋਂ ਤੋਂ ਮਗਰੋਂ ਹੀ ਪਾਣੀ ਲਾਈਏ